ਤੁਹਾਡੇ ਭਰਾ ਨੇ ਬੜੀਆਂ ਬੜੀਆਂ ਸਰਕਾਰਾਂ ਵਹਾਈਆਂ ਨੇ, ਕੁੱਕੜਾਂ ਵਾਲੀ ਸਰਕਾਰ, ਖੋਤਿਆਂ ਵਾਲੀ ਸਰਕਾਰ ਤੇ ਘੋੜਿਆਂ ਵਾਲੀ ਸਰਕਾਰ ਬੜੀਆਂ ਬੜੀਆਂ। ਤੇ ਇਹ ਵੀਡੀਓ ਵੇਖ ਕੇ ਜਾਇਆ ਜੇ ਇਹ ਹੈਗੀ ਜੇ ਲਿੱਤਰਾਂ ਵਾਲੀ ਸਰਕਾਰ, ਪੀਰ ਸਾਹਿਬ ਦਾ ਲਿੱਤਰ ਚੁੰਮ ਰਹੇ ਨੇ ਤੇ ਨਾ ਪੀਰ ਸਾਹਿਬ ਕੁਰਾਨ ਪਾਕ ਪੜਿਆ ਤੇ ਨਾ ਹੀ ਮਰੀਦਾਂ ਪੜਿਆ। ਤੇ ਇਹ ਮਰੀਦ ਜਿਹੜੇ ਲਿੱਤਰ ਚੁੰਮ ਰਹੇ ਨੇ ਇਹਨਾਂ ਦੀ ਸ਼ਕਲ ਵੇਖਿਆ ਜੇ ਕਿ ਇਹਨਾਂ ਕਦੀ ਮਾਂ ਪਿਓ ਦਾ ਹੱਥ ਪੈਰ ਨਹੀਂ ਮੁਹੱਬਤ ਨਾਲ ਚੁੰਮੇ ਹੋਣੇ, ਤੋ ਨਾ ਇਹਨਾਂ ਕੁਰਾਨ ਪਾਕ ਪੜਿਆ ਤੇ ਨਾ ਪੀਰ ਸਾਹਿਬ ਪੜਿਆ। ਕੁਰਾਨ ਪਾਕ ਚ ਲਿਖਿਆ ਕਿ ਅੱਲਾਹ ਪਾਕ ਦਾ ਕੋਈ ਸ਼ਰੀਕ ਨਹੀਂ ਹੈ ਤੇ ਖੁਦ ਸ਼ਰੀਕ ਬਣਾ ਰਹੇ ਨੇ ਤੇ ਪੀਰ ਖੁਦ ਸ਼ਰੀਕ ਬਣ ਰਹੇ ਨੇ ਤੇ ਬਾਅਦ ਕੁਰਾਨ ਪਾਕ ਵੀ ਸੁਣ ਕੇ ਜਾਣਾ। ਬਹੁਤ ਮਿਹਰਬਾਨੀ ਮੇਰੇ ਵੀਰੋ। ਔਰ ਬਾਜ਼ ਲੋਗ ਐਸੇ ਹੈ ਜੋ ਗੈਰੁੱਲਾਹ ਕੋ ਅੱਲਾਹ ਕਾ ਸ਼ਰੀਕ ਬਣਾਤੇ ਔਰ ਉਨਸੇ ਅੱਲਾਹ ਕਿਸੀ ਮੁਹੱਬਤ ਕਰਤੇ ਹੈ, ਲੇਕਿਨ ਜੋ ਈਮਾਨ ਵਾਲੇ ਹੈ ਵੋ ਤੋ ਅੱਲਾਹ ਹੀ ਕੇ ਸਬਸੇ ਜ਼ਿਆਦਾ ਦੋਸਤਦਾਰ ਹੈ। ਔਰ ਐ ਕਾਸ਼ ظالم لوگ جو بات عذاب کے وقت دیکھیں گے اب دیکھ لیتے کہ سب طرح کی طاقت اللہ ہی کو ہے اور یہ کہ اللہ سب عذاب کرنے والا ہے۔